ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੋਰੋਨਾ ਵਾਇਰਸ ਦੇ ਖਤਰੇ ਨਾਲ ਨਜਿੱਠਣ ਲਈ ਸਰਕਾਰ ਦੇ ਆਦੇਸ਼ਾਂ ਅਨੁਸਾਰ 31 ਮਾਰਚ ਤੱਕ ਸਾਰੀਆਂ ਜਿਹੜੀਆਂ ਐਜੂਕੇਸ਼ਨਲ ਇੰਸਟੀਚਿਊਟਸ ਨੇ ਸਾਰੇ ਬੰਦ ਨੇ। ਇਸ ਲਈ ਸਾਡੀ ਇਹ ਕੋਸ਼ਿਸ਼ ਸੀ ਕਿ ਅਸੀਂ ਈ ਲਰਨਿੰਗ ਰਾਹੀਂ ਘਰ ਬੈਠੇ ਹੋਏ ਆਪਣੇ ਵਿਦਿਆਰਥੀਆਂ ਦੀ ਜਿਹੜਾ ਸਮਾਂ ਬਰਬਾਦ ਨਾ ਹੋਵੇ, ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਪੂਰੀ ਤਰ੍ਹਾਂ ਚੱਲਦੀ ਰਹੇ। ਇਸ ਲਈ ਇਹ ਕੋਸ਼ਿਸ਼ ਹੈ ਕਿ ਅਸੀਂ ਈ ਲਰਨਿੰਗ ਰਾਹੀਂ ਉਹਨਾਂ ਤੱਕ ਆਪਣਾ ਮੈਸੇਜ, ਆਪਣੇ ਟੋਪਿਕ ਜਿਨ੍ਹਾਂ ਉੱਤੇ ਚਰਚਾ ਕਰਦੇ ਹਾਂ ਪਹੁੰਚਾਉਂਦੇ ਰਹੀਏ। ਸੋ ਪਿਆਰੇ ਵਿਦਿਆਰਥੀਓ, ਇੱਕ ਵਾਰ ਫਿਰ ਮੈਂ BA ਭਾਗ ਦੂਜੇ ਦੇ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਵਿਸ਼ਾ ਲੈ ਕੇ ਆਇਆ, ਤੁਹਾਡੇ ਸਾਹਮਣੇ ਹਾਜ਼ਰ ਹਾਂ, ਜਿਹਦੇ 'ਤੇ ਥੋੜ੍ਹੀ ਵਿਚਾਰ ਚਰਚਾ ਅਸੀਂ ਅੱਜ ਕਰਾਂਗੇ। ਔਰ ਵਿਸ਼ਾ ਹੈ ਕਿ 1701 ਈਸਵੀ ਤੋਂ ਲੈ ਕੇ 1850 ਈਸਵੀ ਤੱਕ ਉਪਜੀ ਸੂਫੀ ਕਵਿਤਾ। ਹੁਣ ਪੰਜਾਬੀ ਸਾਹਿਤ ਦੀ ਗੱਲ ਕਰੀਏ, ਪੰਜਾਬੀ ਸਾਹਿਤ ਦੇ ਇਤਿਹਾਸ ਦੀ ਗੱਲ ਕਰੀਏ, ਤੇ ਸੂਫੀ ਵਿਚਾਰਧਾਰਾ ਜਾਂ ਸੂਫੀ ਕਾਵਿ ਪਰੰਪਰਾ ਇੱਕ ਮਹੱਤਵਪੂਰਨ ਰੋਲ ਅਦਾ ਕਰਦੀ ਹੈ, ਜਿਹਦੀ ਸ਼ੁਰੂਆਤ ਅਸੀਂ ਬਾਬਾ ਫਰੀਦ ਤੋਂ ਮੰਨਦੇ ਹਾਂ। ਮੋਢੀ ਬਾਬਾ ਫਰੀਦ ਜੀ ਸਨ ਜਿਹੜੇ ਕਿ ਪਾਕਪਟਨ ਦੀ ਧਰਤੀ 'ਤੇ ਰਹਿੰਦੇ ਹੋਏ ਆਪਣੇ ਵਿਚਾਰਾਂ ਰਾਹੀਂ ਲੋਕਾਂ ਨੂੰ ਨਿਹਾਲ ਕਰਦੇ ਰਹੇ, ਆਪਣੇ ਪਰਸਨਲ ਐਕਸਪੀਰੀਅੰਸ ਰਾਹੀਂ, ਆਪਣੇ ਤਜ਼ਰਬਿਆਂ ਰਾਹੀਂ ਲੋਕਾਂ ਨੂੰ ਅੱਲਾ ਦੇ ਰਾਹ ਦੇ ਉੱਤੇ ਚੱਲਣ ਵਾਸਤੇ ਉਸ ਪਰਮਾਤਮਾ ਦੀ ਉਸਤ ਕਰਨ ਦਾ ਕੀ ਤਰੀਕਾ ਹੋਣਾ ਚਾਹੀਦਾ, ਕਿਵੇਂ ਪਖੰਡਾਂ ਤੋਂ ਦੂਰ ਹੋਣਾ ਚਾਹੀਦਾ, ਕਿਵੇਂ ਮਾਨਵਤਾ ਮਾਨਵਤਾ ਔਰ ਲੋਕਾਈ ਦੀ ਗੱਲ ਕਰਨੀ ਹੈ, ਉਹ ਸਾਰਾ ਦੱਸਦੇ ਰਹੇ। ਆਜੀਵਨ 1173 ਤੋਂ 1266 ਈਸਵੀ ਤੱਕ ਦਾ ਸਮਾਂ ਬਾਬਾ ਫਰੀਦ ਜੀ ਦਾ ਮਿਥਿਆ ਜਾਂਦਾ, ਔਰ ਸਾਰੀ ਉਮਰ ਹੀ ਉਹਨਾਂ ਨੇ ਲੋਕਾਂ ਦੀ ਭਲਾਈ ਵਾਸਤੇ ਉਸ ਨੇਕੀ ਦੇ ਰਾਹ 'ਤੇ ਚੱਲਦਿਆਂ ਹੋਇਆਂ ਲੰਘਾਈ ਹੈ। ਸੋ ਬਾਬੇ ਫਰੀਦ ਨੇ ਜਿਹੜੀ ਪਰੰਪਰਾ ਸ਼ੁਰੂ ਕੀਤੀ, ਹਾਲਾਂਕਿ ਸੂਫੀ ਪਰੰਪਰਾ ਜਿਹੜੀ ਉਹ ਬਾਅਦ ਦੇ ਵਿੱਚ 5 ਹੋਰ ਸੰਪਰਦਾਵਾਂ ਦੇ ਵਿੱਚ ਵੰਡੀ ਜਾਂਦੀ ਹੈ, ਚਿਸ਼ਤੀ, ਕਾਦਰੀ, ਮਲਾਮਤੀ, ਸੁਹਰਾਵਰਦੀ ਔਰ ਨਕਸ਼ਬੰਦੀ। ਲੇਕਿਨ ਇਹਨਾਂ ਸਾਰੀਆਂ ਪਰੰਪਰਾਵਾਂ ਨੂੰ ਮੰਨਣ ਵਾਲੇ ਜਿੰਨੇ ਵੀ ਸੂਫੀ ਕਵੀ ਹੋਏ ਨੇ, ਉਹਨਾਂ ਆਪਣੀਆਂ ਰਚਨਾਵਾਂ ਰਾਹੀਂ ਉਸ ਪਰਮਾਤਮਾ ਦੀ ਜਿਹੜੀ ਭਗਤੀ ਹੈ ਉਹ ਪੇਸ਼ ਕੀਤੀ ਹੈ। 18ਵੀਂ ਸਦੀ ਵਿੱਚ ਬੁੱਲੇ ਸ਼ਾਹ, ਜਿਹਨਾਂ ਕਿ 1680 ਤੋਂ ਲੈ ਕੇ 1758 ਈਸਵੀ ਤੱਕ ਦਾ ਸਮਾਂ ਮੰਨਿਆ ਜਾਂਦਾ, ਜਿਹੜੀ ਸੂਫੀ ਕਵਿਤਾ ਹੈ ਉਹ ਆਪਣੇ ਸ਼ਿਖਰ 'ਤੇ ਸੀ, ਆਪਣੀ ਚਰਮ ਸੀਮਾ 'ਤੇ ਸੀ, ਆਪਣੇ ਪੂਰੇ ਯੌਵਨ 'ਤੇ ਸੀ। 19ਵੀਂ ਸਦੀ ਵਿੱਚ ਹਾਸ਼ਮ ਅਤੇ ਗੁਲਾਮ ਫਰੀਦ ਜਿਹੜੇ ਨੇ ਉਹਨਾਂ ਦੀ ਸੂਫੀ ਕਵਿਤਾ ਅੰਤਮ ਪੜਾਅ 'ਤੇ ਉਸ ਸਮੇਂ ਪੁੱਜਦੀ ਹੈ। ਸੋ ਉਸ ਤੋਂ ਬਾਅਦ ਖਤਮ ਹੋ ਜਾਂਦੀ ਹੈ, ਪਰ ਇਸ ਸਮੇਂ ਦੇ ਵਿੱਚ ਵਿੱਚ ਸਾਨੂੰ ਕਈ ਸੂਫੀ ਕਵੀ ਮਿਲਦੇ ਨੇ ਜਿਨ੍ਹਾਂ ਦੀਆਂ ਰਚਨਾਵਾਂ ਬੜੀਆਂ ਮਹੱਤਵਪੂਰਨ ਨੇ, ਜਿਨ੍ਹਾਂ ਨੇ ਆਪਣੇ ਆਪਣੇ ਵੱਖਰੇ ਵੱਖਰੇ ਤਰੀਕੇ ਰਾਹੀਂ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਦਾ ਜਿਹੜਾ ਵਿਚਾਰ ਪੇਸ਼ ਕੀਤਾ, ਔਰ ਉਸ ਪਰਮਾਤਮਾ ਉਸ ਅੱਲਾ ਦੇ ਰਾਹ 'ਤੇ ਕਿਵੇਂ ਚੱਲ ਕੇ ਕਿਵੇਂ ਅੱਗੇ ਅਸੀਂ ਬਹਿਸ਼ਤ ਹਾਸਲ ਕਰ ਸਕਦੇ ਹਾਂ, ਕਿਵੇਂ ਜੰਨਤ ਹਾਸਲ ਕਰ ਸਕਦੇ ਹਾਂ, ਉਹਦਾ ਵਿਚਾਰ ਹੈ ਜਿਹੜਾ ਉਹ ਪੇਸ਼ ਕੀਤਾ। ਸੋ ਸੂਫੀ ਭਾਵਾਂ ਦੇ ਪ੍ਰਗਟਾਓ ਕਲਾ ਜਿਹਨੂੰ ਕਾਫੀ ਕਿਹਾ ਜਾਂਦਾ, ਉਹ ਵੀ ਇਸ ਕਾਲ ਦੇ ਵਿੱਚ ਆਪਣੀ ਚੜ੍ਹਤ 'ਤੇ ਸੀ। ਕਾਫੀ ਇੱਕ ਕਾਵਿ ਰੂਪ ਹੈ। ਸੋ ਸੈਯਦ ਅਲੀ ਹੈਦਰ ਅਤੇ ਬੁੱਲੇ ਸ਼ਾਹ ਮੋਰੀ ਸੂਫੀ ਕਵੀ ਮੰਨੇ ਜਾਂਦੇ ਹਨ। ਸ਼ਾਹ ਸਫ ਬਟਾਲਵੀ ਵੀ ਇਸੇ ਕਾਲ ਦਾ ਸੂਫੀ ਕਵੀ ਹੋਇਆ ਹੈ, ਜਿਸ ਨੇ ਦੋਹੜੇ, ਕਾਫੀਆਂ ਔਰ ਸ਼ੂਤਰਨਾਮਾ ਨਾਂ ਦੀਆਂ ਰਚਨਾਵਾਂ ਨੇ ਜਿਹੜੀਆਂ ਸਾਡੇ ਸਾਹਮਣੇ ਲੈ ਕੇ ਆਉਂਦੀਆਂ। ਹੁਣ ਇਸ ਸਮੇਂ ਸ਼ਾਹ ਹੁਸੈਨ ਦਾ ਪ੍ਰਭਾਵ ਖਤਮ ਨਹੀਂ ਸੀ ਹੋਇਆ। ਸ਼ਾਹ ਹੁਸੈਨ ਜਿਹਦੀ ਕਵਿਤਾ ਪੜ੍ਹ ਕੇ ਬੜਾ ਆਨੰਦ ਆਉਂਦਾ ਹੈ, ਮਨ ਅਟਕਿਆ ਬੇਪਰਵਾਹ ਦੇ ਨਾਲ ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ, ਖਰੇ ਸਿਆਣੇ ਰਾਧ ਸਿੰਦੇ ਕਾਜੀ ਮੁੱਲਾ ਰਾਧ ਸਿੰਦੇ ਇਸ਼ਕ ਕੇ ਲੱਗੇ ਰਾਹ ਦੇ ਨਾਲ। ਸੋ ਆਪਣੀ ਖੁੱਲ੍ਹੀ ਵਿਚਾਰਧਾਰਾ,
ਆਪਣੇ ਖੁੱਲ੍ਹੇ ਵਿਚਾਰਾਂ ਰਾਹੀਂ ਇਹ ਸੂਫੀ ਕਵੀ ਨੇ ਜਿਹੜੇ ਉਹ ਆਪਣੀ ਬਾਣੀ ਹੈ ਜਿਹੜੀ ਆਪਣੀ ਰਚਨਾ ਪੇਸ਼ ਕਰਦੇ ਰਹੇ ਨੇ। ਹੁਣ ਇਸੇ ਸਮੇਂ ਦੇ ਵਿੱਚ ਸੁਲਤਾਨ ਬਾਹੂ ਦਾ ਸਮਾਂ ਆਉਂਦਾ। ਸੁਲਤਾਨ ਬਾਹੂ ਜੋ ਬਹੁਤ ਹੀ ਉੱਭਰਵੀਂ ਸੁਰ ਦੇ ਵਿੱਚ ਉਸ ਰੱਬ ਦੀ ਭਗਤੀ ਦੇ ਵਿੱਚ ਲੀਨ ਰਹਿੰਦਾ, ਉਸ ਪਰਮਾਤਮਾ ਦੀ ਗੱਲ ਕਰਦਾ ਔਰ ਇੱਕ ਵਿਅੰਗ ਵੀ ਕਰਦਾ ਸਮਾਜ ਦੇ ਉੱਤੇ, ਸਮਕਾਲੀ ਸਮਾਜ ਦੇ ਉੱਤੇ, ਕਿ ਕਿਵੇਂ ਕਿਵੇਂ ਲੋਕ ਗਲਤ ਤਰੀਕਿਆਂ ਦੇ ਨਾਲ ਉਸ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਵਾਸਤਵ ਦੇ ਵਿੱਚ ਹੈ ਹੀ ਨਹੀਂ। ਇੱਕ ਪਾਖੰਡ ਦੇ ਉੱਤੇ ਵਿਅੰਗ ਕਰਨਾ ਸੁਲਤਾਨ ਬਾਹੂ ਦੀ ਬੜੀ ਵਧੀਆ ਅਦਾ ਸੀ ਔਰ ਸ਼ਾਇਦ ਉਹ ਪਸੰਦ ਵੀ ਆਈ ਸਾਰਿਆਂ ਨੂੰ, ਜਦੋਂ ਕਿ ਉਹ ਲਿਖਦਾ ਕਿ ਜੇ ਰੱਬ ਮਿਲਦਾ ਤੀਰਥ ਨਾਤਿਆਂ ਮਿਲਦਾ ਡੱਡੀਆਂ ਮੱਛੀਆਂ ਹੂ, ਜੇ ਰੱਬ ਮਿਲਦਾ ਜੰਗਲ ਭਵਿਆਂ ਮਿਲਦਾ ਗਊਆਂ ਮੱਝੀਆਂ ਹੂ, ਜੇ ਰੱਬ ਮਿਲਦਾ ਵਾਲ ਵਧਾਇਆ ਮਿਲਦਾ ਭੇਡਾਂ ਸੱਸੀਆਂ ਹੂ, ਬਾਹੂ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਅੱਛੀਆਂ ਹੋ। ਸੋ ਨੀਤ ਦਾ ਸੱਚਾ ਸੁੱਚਾ ਹੋਣਾ ਇਹ ਸੁਲਤਾਨ ਬਾਹੂ ਦੀ ਕਵਿਤਾ ਦਾ ਬੜਾ ਵਧੀਆ ਅੰਸ਼ ਹੈ। ਉਸ ਤੋਂ ਬਾਅਦ ਅਲੀ ਹੈਦਰ ਦਾ ਨਾਮ ਆਉਂਦਾ ਹੈ ਜਿਸ ਨੇ ਦੇਸ਼ ਪਿਆਰ ਦੇ ਭਾਵ ਆਪਣੀਆਂ ਕਵਿਤਾਵਾਂ ਦੇ ਵਿੱਚ ਪੇਸ਼ ਕੀਤੇ। ਸੀ ਹਰਫੀਆਂ ਅਤੇ ਕਿੱਸਾ ਹੀਰ ਰਾਂਝਾ ਵਿੱਚ ਕੁਰਾਨ ਦੀਆਂ ਆਇਤਾਂ ਦੀ ਵਰਤੋਂ ਕੀਤੀ। ਤਵਹੀਦ, ਇਸਤਗਨਾ, ਤਲਬ, ਰਜ਼ਾ, ਸ਼ੋਕ ਅਤੇ ਪ੍ਰਭੂ ਭਗਤੀ ਦੇ ਭਾਵ ਪ੍ਰਗਟਾਏ ਹਨ। ਬਿਰਹਾ ਦੀ ਹੂਕ, ਤੜਪ, ਵਲਵਲਾ ਅਤੇ ਵੇਗ ਪਹਿਲੀ ਵਾਰ ਸ਼ਬਦਾਂ ਦੀ ਰਾਗਮਈ ਅਤੇ ਕਲਾਮਈ ਵਰਤੋਂ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈ। ਇਸ ਤੋਂ ਬਾਅਦ ਬੁੱਲੇ ਸ਼ਾਹ, ਬੁੱਲੇ ਸ਼ਾਹ ਬਹੁਤ ਹੀ ਮਸ਼ਹੂਰ ਸ਼ਾਇਰ ਔਰ ਜਿਹਦੀਆਂ ਰਚਨਾਵਾਂ ਨੂੰ ਲੋਕਾਂ ਨੇ ਪ੍ਰਵਾਨ ਕੀਤਾ, ਬਹੁਤ ਹੀ ਮਕਬੂਲ ਸ਼ਾਇਰ ਹੋਇਆ ਕਿ ਬੁੱਲੇ ਸ਼ਾਹ ਜਿਹੜਾ 1680 ਤੋਂ 1758 ਤੱਕ ਦਾ ਜਿਹਨਾਂ ਦਾ ਸਮਾਂ ਸੂਫੀ ਵਿਚਾਰਧਾਰਾ ਨੂੰ ਸ਼ਿਖਰ 'ਤੇ ਪਹੁੰਚਾਉਣ ਵਾਲਾ ਕਵੀ ਸੀ। ਬੁੱਲੇ ਸ਼ਾਹ ਕਾਦਰੀ ਸੰਪਰਦਾ ਦੇ ਵਿੱਚੋਂ ਹੋਇਆ। ਮੁਰਸ਼ਦ ਸ਼ਾਹ ਇਨਾਇਤ ਨਾਲ ਉਸਦਾ ਅਥਾਹ ਪ੍ਰੇਮ ਸੀ। ਉਸਦੇ ਵਿਛੋੜੇ ਵਿੱਚੋਂ ਸੋਚ, ਤੜਪ, ਬਿਰਹਾ ਅਤੇ ਵੈਰਾਗ ਦੇ ਭਾਵ ਪੈਦਾ ਹੋਏ। ਸਰੋਧੀ ਅਤੇ ਸੂਫੀਆਨਾ ਕਵਿਤਾ ਜਿਹੜੀ ਉਹ ਜਾਗਦੀ ਹੈ। ਬੁੱਲੇ ਸ਼ਾਹ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕਰਦਾ ਕਰਦਾ ਲੋਕ ਲਾਜ, ਸ਼ਰ੍ਹਾਂ ਦੀ ਬੰਦਸ਼ ਤੋਂ ਬਾਹਰੀ ਰੋਹ ਰੀਤਾਂ ਦੀਆਂ ਧੱਜੀਆਂ ਅੜਾਉਂਦਾ ਹੈ, ਜਦੋਂ ਕਿ ਉਹ ਲਿਖਦਾ ਕਿ ਭੱਠ ਨਵਾਜਾਂ ਚਿੱਕੜ ਰੋਜੇ ਕਲਮੇ 'ਤੇ ਫਿਰ ਗਈ ਸਿਆਹੀ, ਬੁੱਲੇ ਸ਼ਾਹ ਸਹੁ ਅੰਦਰੋਂ ਪਾਇਆ ਭੁੱਲੀ ਫਿਰੇ ਲਕਾਈ। ਕਿ ਪਰਮਾਤਮਾ ਦੀ ਪ੍ਰਾਪਤੀ ਜੇ ਕਰਨੀ ਹੈ ਤਾਂ ਬਾਹਰੀ ਪਖੰਡਾਂ ਦੇ ਵਿੱਚੋਂ ਨਿਕਲੋ, ਉਸ ਨੂੰ ਤੇ ਆਪਣੇ ਹਿਰਦੇ ਰੂਪੀ ਵਿਹੜੇ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰੋ ਜਿਹੜਾ ਕਿ ਸਾਰਿਆਂ ਦੇ ਅੰਦਰ ਬੈਠਾ ਹੋਇਆ ਹੈ। ਵਹਦਤੁਲ ਵਜ਼ੂਦ, ਭਾਵ ਕਿ ਰੱਬ ਦੀ ਏਕਤਾ ਦਾ ਸੰਕਲਪ ਉਸਨੇ ਪੇਸ਼ ਕੀਤਾ। ਔਰ ਬੁੱਲੇ ਸ਼ਾਹ ਜਿਹੜਾ ਆਪਣੇ ਆਪ ਨੂੰ ਹੀਰ ਔਰ ਉਸ ਪਰਮਾਤਮਾ ਨੂੰ ਰਾਂਝਾ ਕਹਿ ਕੇ ਸੰਬੋਧਨ ਕਰਦਾ, ਜਦੋਂ ਕਿ ਉਹ ਲਿਖਦਾ ਕਿ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਸੱਦੋ ਨੀ ਮੈਨੂੰ ਧੀਦੋ ਰਾਂਝਾ ਤੇ ਹੀਰ ਨਾ ਆਖੇ ਕੋਈ, ਬੁੱਲ ਰਾਂਝਾ ਮੈਂ ਵਿੱਚ ਮੈਂ ਰਾਂਝਣ ਵਿੱਚ ਹੋਰ ਖਿਆਲ ਨਾ ਕੋਈ, ਮੈਂ ਨਹੀਂ ਉਹ ਆਪ ਹੈ ਆਪਣੀ ਆਪ ਕਰੇ ਦਿਲ ਜੋਈ। ਸੋ ਇਸ ਤੋਂ ਬਾਅਦ ਖਵਾਜਾ ਫਰਦ ਫਕੀਰ, ਗੁਲਾਮ ਜ਼ਿਲਾਨੀ ਰੋਹਤਕੀ, ਸੈਯਦ ਗੁਲਾਮ ਕਾਦਰ ਸ਼ਾਹ, ਜ਼ਾਨ ਮੁਹੰਮਦ ਵਜ਼ੀਦ, ਮੀਆਂ ਇਬਰਾਹਿਮ, ਖੁਸ਼ ਦਿਲ, ਸੱਚਲ ਆਦਿ ਕਵੀ ਨੇ ਜਿਹੜੇ ਉਹ ਸਾਡੇ ਸਾਹਮਣੇ ਆਉਂਦੇ ਆ। ਹਾਸ਼ਮ ਅਤੇ ਗੁਲਾਮ ਫਰੀਦ ਜਿਨ੍ਹਾਂ ਦੇ ਨਾਲ ਜਿਹੜੀ ਸੂਫੀ ਵਿਚਾਰਧਾਰਾ ਸ਼ਿਖਰ 'ਤੇ ਪੁੱਜਦੀ ਹੈ ਔਰ ਸ਼ਾਇਦ ਉਸ ਤੋਂ ਬਾਅਦ ਇਹ ਅੰਤ ਵੱਲ ਨੂੰ ਵੀ ਇਹਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਔਰ ਹਾਸ਼ਮ ਬੜਾ ਹੀ ਬਹੁਤ ਹੀ ਅੱਛਾ ਕਵੀ, ਸੂਫੀ ਕਵੀ ਜਿਹੜਾ ਸੱਚੇ ਸੁੱਚੇ ਇਸ਼ਕ ਦੀ ਗੱਲ ਕਰਦਾ, ਬਿਰਹਾ ਦੀ ਗੱਲ ਕਰਦਾ, ਨੂਰੀ ਹੁਸਨ
ਔਰ ਸੋਚ ਤੇ ਜਲ ਮਰਨ ਦੀ ਇੱਛਾ ਜਿਹੜੀ ਉਹਦੀ ਕਵਿਤਾ ਦੇ ਵਿੱਚੋਂ ਸਾਨੂੰ ਦੇਖਣ ਨੂੰ ਮਿਲਦੀ ਹੈ। ਸਭ ਤੋਂ ਮਸ਼ਹੂਰ ਕਿੱਸਾ ਜਿਹੜਾ ਸੱਸੀ, ਜਿਹੜੀ ਕਿ ਹਾਸ਼ਮ ਦੇ ਨਾਮ ਨਾਲ ਪ੍ਰਸਿੱਧ ਹੈ ਔਰ ਹਾਸ਼ਮ ਦਾ ਨਾਮ ਸੱਸੀ ਦੇ ਨਾਮ ਦੇ ਨਾਲ ਪ੍ਰਸਿੱਧ ਹੈ, ਸੱਸੀ ਪੁੰਨੂ, ਉਹਦਾ ਸਭ ਤੋਂ ਪ੍ਰਸਿੱਧ ਕਿੱਸਾ ਹੈ ਜਿਹਦੇ ਵਿੱਚ ਇੱਕ ਬਿਰਹਾ ਔਰ ਜਿਹੜਾ ਦ੍ਰਿਸ਼ ਵਰਣਨ ਹੈ ਸਭ ਤੋਂ ਆਪਣੀ ਚਰਮ ਸੀਮਾ 'ਤੇ ਹੁੰਦਾ। ਹੋਤ ਕੇਚਮ ਸ਼ਹਿਰ ਦਾ ਬਾਦਸ਼ਾਹ ਹੋਤ ਅਲੀ, ਉਹਦਾ ਪੁੱਤਰ ਪੁੰਨੂ, ਔਰ ਦੂਜੇ ਪਾਸੇ ਜਿਹੜੀ ਕਿ ਸੱਸੀ ਹੈ ਉਹਨਾਂ ਦੇ ਇਸ਼ਕ ਦੀ ਦਾਸਤਾਨ ਨੂੰ ਕਲਮੀ ਜਾਮਾ ਜਿਹੜਾ ਉਹ ਹਾਸ਼ਮ ਨੇ ਬੜੇ ਹੀ ਦਰਦਨਾਕ ਤਰੀਕੇ ਨਾਲ ਪਹਿਨਾਇਆ। ਉਹ ਲਿਖਦਾ ਹੈ ਕਿ ਕਰ ਅਸਬਾਬ ਲਾਇਆ ਸ਼ਹਿਜ਼ਾਦੀ, ਫੜਿਆ ਰਾਹ ਸ਼ੂਤਰ ਦਾ, ਪਾਣੀ ਖੂਨ ਖੁਰਾਕ ਕਲੇਜਾ, ਰਹਿਬਰ ਦਰਦ ਜ਼ਿਗਰ ਦਾ, ਗਲ ਵਿੱਚ ਵਾਲ ਅੱਖੀ ਵਿੱਚ ਸੁਰਖੀ, ਸੋਜ਼ ਜ਼ਨੂਨ ਕਹਿਰ ਦਾ, ਹਾਸ਼ਮ ਵੇਖ ਰਵਾਲ ਕਲੇਜਾ ਘਾਇਲ, ਸ਼ਮਸ ਕਮਰ ਦਾ। ਸੋ ਇਹੋ ਜਿਹੇ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜੀ ਸ਼ਬਦਾਂ ਦੀ ਘਾਟ ਹੈ ਉਹ ਹਾਸ਼ਮ ਦੀ ਕਵਿਤਾ ਵਿੱਚੋਂ ਦੇਖੀ ਜਾ ਸਕਦੀ ਹੈ। 19ਵੀਂ ਸਦੀ ਦਾ ਸ਼੍ਰੋਮਣੀ ਅਤੇ ਆਖਰੀ ਕਵੀ ਖਵਾਜਾ ਗੁਲਾਮ ਫਰੀਦ ਆਉਂਦਾ ਸੂਫੀ ਵਿਚਾਰਧਾਰਾ ਦੇ ਵਿੱਚ। ਉਹਦੀਆਂ 271 ਕਾਫੀਆਂ ਨੇ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਨੇ, ਮਿਲਦੀਆਂ ਨੇ, ਔਰ ਕਾਫੀ ਅੰਤਿਮ ਪੜਾਅ ਦੇ ਉੱਤੇ ਗੁਲਾਮ ਫਰੀਦ ਦੇ ਨਾਲ ਆਉਂਦੀ ਹੈ। ਉਸਨੇ ਹਮਾਉਸ ਦਾ ਸਿਧਾਂਤ ਪੇਸ਼ ਕੀਤਾ। ਕੁਛ ਇੱਕ ਨਮੂਨਾ ਤੁਹਾਡੇ ਸਾਹਮਣੇ ਪੇਸ਼ ਹੈ ਕਿ ਕਿੱਥ ਬੁਲਬੁਲ ਕਿੱਥ ਗੁੱਲ ਦੀ ਸੂਰਤ, ਬਰਗ ਕਿੱਥਾਂ ਕਿੱਥ ਯਾਰ ਥਾਰ ਯਾਰ ਮਹੰਜੋ, ਕਿੱਥ ਸੁਰਖੇ ਕਿੱਥ ਨਾਜ਼ ਨਜ਼ਾਕਤ, ਕਿੱਥ ਕਜ਼ਲਾ ਕਿੱਥ ਯਾਰ ਯਾਰ ਮਹੰਜੋ, ਕਿੱਥ ਯਾਰ ਫਰੀਦ ਨਹੀਂ ਵਿੱਚ ਪਰਦੇ, ਖੁਦਾ ਪਰਦਾ ਹੈ ਯਾਰ ਖੁਦ ਪਰਦਾ ਹੈ ਯਾਰ ਮੇਰੇ ਯਾਰ ਮਹੰਜੋ। ਸੋ ਇਸ ਤਰ੍ਹਾਂ ਦੇ ਸ਼ਬਦਾਂ ਦੀ ਘਾਟ ਹੈ ਜਿਹੜੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਲਾਮ ਖਵਾਜਾ ਗੁਲਾਮ ਫਰੀਦ ਸਾਡੇ ਸਾਹਮਣੇ ਲੈ ਕੇ ਆਉਂਦੇ ਆ। ਔਰ ਸਭ ਤੋਂ ਵੱਧ ਰਚਨਾ ਇਸੇ ਕਾਲ ਦੇ ਵਿੱਚ ਹੋਈ ਹੈ ਜਿਹੜਾ ਕਿ 1701 ਤੋਂ 1850 ਈਸਵੀ ਦਾ ਸਮਾਂ। ਇਸ ਸਮੇਂ ਦੇ ਵਿੱਚ ਲਿਖੀ ਗਈ ਸੂਫੀ ਕਵਿਤਾ ਦੇ ਵਿੱਚ ਸਭ ਤੋਂ ਜ਼ਿਆਦਾ ਅਲੰਕਾਰ ਬਿੰਬ ਪ੍ਰਤੀਕ ਰੂਪਕ ਅਤੇ ਬਹਿਰਾਂ ਦੀ ਵਰਤੋਂ ਜਿਹੜੀ ਉਹ ਸਾਨੂੰ ਦੇਖਣ ਨੂੰ ਮਿਲਦੀ ਹੈ। ਸੋ ਅੰਤ ਵਿੱਚ ਇਹ ਕਹਿਣਾ ਹੀ ਉਚਿਤ ਹੈ ਕਿ 18ਵੀਂ ਸਦੀ ਦੇ ਵਿੱਚ ਜਿਹੜੀ ਸੂਫੀ ਵਿਚਾਰਧਾਰਾ ਸੂਫੀ ਕਵਿਤਾ ਆਪਣੇ ਸ਼ਿਖਰ 'ਤੇ ਪਹੁੰਚਦੀ ਹੈ ਔਰ 19ਵੀਂ ਸਦੀ ਦੇ ਵਿੱਚ ਇਸ ਸੂਫੀ ਵਿਚਾਰਧਾਰਾ ਜਾਂ ਸੂਫੀ ਕਾਵਧਾਰਾ ਜਿਹੜੀ ਉਹ ਆਪਣੇ ਅੰਤਿਮ ਪੜਾਅ ਵੱਲ ਆਉਂਦੀ ਹੈ ਔਰ ਖਤਮ ਹੋਣ ਦੇ ਕਗਾਰ ਦੇ ਉੱਤੇ ਆ ਜਾਂਦੀ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਥੋੜ੍ਹੀ ਜਿਹੀ ਗੱਲਬਾਤ, ਥੋੜ੍ਹੀ ਜਿਹੀ ਡਿਸਕਸ਼ਨ ਤੁਹਾਡੇ ਨਾਲ। ਲੇਕਿਨ ਇੱਕ ਜ਼ਰੂਰੀ ਅਪੀਲ, ਇੱਕ ਸੁਨੇਹਾ ਜਿਹੜਾ ਤੁਹਾਨੂੰ ਪਹੁੰਚਾਉਣਾ ਚਾਹੁੰਦੇ ਹਾਂ ਅਸੀਂ ਕਿ ਜਿੱਦਾਂ ਕਿ ਕੋਰੋਨਾ ਵਾਇਰਸ ਨਾਲ ਲੜਨ ਲਈ ਕਈ ਤਰੀਕੇ ਵਰਤੇ ਜਾ ਰਹੇ ਨੇ, ਸੋ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 1-22 ਵਾਲੇ ਦਿਨ ਇੱਕ ਸਾਰਿਆਂ ਨੂੰ ਇਹ ਸੰਦੇਸ਼ ਦਿੱਤਾ ਕਿ ਉਸ ਦਿਨ ਜਨਤਾ ਕਰਫਿਊ, ਭਾਵ ਕਿ ਕਰਫਿਊ ਸਰਕਾਰ ਵੱਲੋਂ ਨਹੀਂ, ਕਰਫਿਊ ਅਸੀਂ ਆਪਣੇ ਘਰ ਦੇ ਵਿੱਚ ਆਪਣੇ ਉੱਤੇ ਹੀ ਲਗਾਉਣਾ ਹੈ, ਅਸੀਂ ਬਾਹਰ ਘਰੋਂ ਨਹੀਂ ਨਿਕਲਣਾ, ਅਸੀਂ ਸਾਰੇ ਪਰਹੇਜ਼ ਕਰਨੇ ਨੇ ਤਾਂ ਕਿ ਇਸ ਮਹਾਂਮਾਰੀ ਦੇ ਨਾਲ ਨਜਿੱਠਿਆ ਜਾ ਸਕੇ, ਸਾਂਝੇ ਰੂਪ ਦੇ ਵਿੱਚ ਇਹਦੇ ਨਾਲ ਅਸੀਂ ਦੋ ਚਾਰ ਹੋ ਸਕੀਏ। ਸੋ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਕਿ ਸਾਰੇ ਆਪੋ ਆਪਣਾ ਖਿਆਲ ਰੱਖਣ, ਸਵਸਥ ਰਹਿਣ ਔਰ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਨ ਕਿ ਹਾਂ ਕਿ ਸਾਰਿਆਂ ਨੂੰ ਸਿਹਤਯਾਬੀ ਔਰ ਤੰਦਰੁਸਤੀ ਉਹ ਪਰਮਾਤਮਾ ਬਖਸ਼ੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।